ਮੰਨਾ ਜੀ, ਭਾਰਤੀ ਜਨਤਾ ਪਾਰਟੀ ਵੱਲੋਂ ਤੁਹਾਨੂੰ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਅੱਜ ਹਲਕਾ ਸੁਲਤਾਨਪੁਰ ਲੋਧੀ ਤੋਂ ਚੋਣ ਮੁਹਿੰਮ ਦੀ ਆਗਾਜ਼ ਕੀਤੀ ਹੈ, ਕਿਵੇਂ ਦਾ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦਾ, ਉਸ ਤੋਂ ਬਾਅਦ ਸਾਡੀ ਸਮੁੱਚੀ ਹਾਈਕਮਾਂਡ ਦਾ, ਜਿਨ੍ਹਾਂ ਨੇ ਬੜਾ ਵੱਡਾ ਇੱਕ ਨਿਮਾਣੇ ਜੇ ਵਰਕਰ 'ਤੇ ਵਿਸ਼ਵਾਸ ਕੀਤਾ, ਪਾਰਟੀ ਦੀ ਟਿਕਟ ਦੇ ਕੇ ਨਿਵਾਜਿਆ। ਅਤੇ ਅੱਜ ਅਸੀਂ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਹਲਕਾ ਸੁਲਤਾਨਪੁਰ ਦੇ ਵਿੱਚ ਆਏ ਹਾਂ, ਜਿੱਥੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲਿਆ, ਗੁਰਦੁਆਰਾ ਸਾਹਿਬ ਨਤਮਸਤਕ ਹੋਏ ਹਾਂ, ਹੁਣ ਮੰਦਰ ਦੇ ਵਿੱਚ ਆ ਕੇ ਆਸ਼ੀਰਵਾਦ ਲਿਆ। ਸਾਡੇ ਸਾਰੇ ਹੀ ਇੱਥੋਂ ਦੀ ਸਮੁੱਚੀ ਟੀਮ ਜਿਹੜੀ ਸਾਡੇ ਨਾਲ ਆ, ਸਾਡੇ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਸਾਹਿਬ, ਅਤੇ ਸਾਨੂੰ ਬੜੀ ਵੱਡੀ ਆਸ ਆ ਇਹਨਾਂ ਸਾਰੇ ਵਰਕਰ ਵੀਰਾਂ 'ਤੇ, ਜ਼ਿੰਮੇਵਾਰ ਆਗੂਆਂ 'ਤੇ, ਕਿ ਸਾਰੇ ਦਿਨ ਰਾਤ ਮਿਹਨਤ ਕਰਕੇ ਜਿਸ ਤਰੀਕੇ ਨਾਲ ਇਹਨਾਂ ਦਾ ਜੋਸ਼ ਅੱਜ ਵੇਖਣ ਨੂੰ ਮਿਲਿਆ ਕਿ ਇਹ ਜਿਹੜੀ ਸੀਟ ਆ ਬੜੀ ਵੱਡੀ ਗਿਣਤੀ 'ਚ ਅਸੀਂ ਵੋਟਾਂ ਪਾ ਕੇ ਮੋਦੀ ਸਾਹਿਬ ਦੀ ਝੋਲੀ 'ਚ ਪਾਵਾਂ। ਕਿਵੇਂ ਦਾ ਮਾਹੌਲ ਹੈ ਪੂਰੇ ਹਲਕਾ ਖਡੂਰ ਸਾਹਿਬ ਦੇ ਵਿੱਚ, ਗਏ ਹੋ, ਕਿਹੜੇ ਮੁੱਦੇ ਲੈ ਕੇ ਜਾ ਰਹੇ? ਬੜੇ ਵੱਡੇ ਮੁੱਦੇ ਨੇ ਜੀ, ਇੱਥੇ ਸਾਡੀ ਬਾਰਡਰ ਬੈਲਟ ਆ, ਬੜੇ ਇੱਥੇ ਮੁੱਦੇ ਨੇ ਸਾਡੇ ਕਿਸਾਨਾਂ ਦੀ ਜ਼ਮੀਨ ਆ ਤਾਰ ਜਿਹੜੀ ਉੱਤੋਂ ਪਾਰ ਆ, ਉਹਨਾਂ ਦੇ ਮੁਆਵਜ਼ੇ ਦੀ ਗੱਲ ਆ, ਜਾਂ ਹੋਰ ਵੀ ਬੜੀ ਇੱਥੇ ਇੰਡਸਟਰੀ ਦੀ ਬੜੀ ਵੱਡੀ ਲੋੜ ਆ, ਸਾਡੇ ਨੌਜਵਾਨ ਜਿਹੜੇ ਬੇਰੁਜ਼ਗਾਰ ਤੁਰੇ ਫਿਰਦੇ ਨੇ, ਇੱਥੇ ਜਿਹੜਾ ਇੱਕ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ, ਉਹਨੂੰ ਠੱਲਣ ਦੀ ਬੜੀ ਵੱਡੀ ਲੋੜ ਆ। ਇਹ ਗੁਰੂ ਕਿਰਪਾ ਕਰੇ, ਇਹ ਹਲਕੇ ਦੀ ਸੰਗਤ ਸਾਨੂੰ ਸੇਵਾ ਕਰਨ ਦਾ ਮੌਕਾ ਦੇਵੇ, ਇਹ ਸਾਰੇ ਮਸਲੇ ਇਹਨਾਂ ਦੇ ਉਠਾ ਕੇ ਇਹਨਾਂ ਦਾ ਹੱਲ ਕਰਾਵਾਂਗੇ। ਹਾਲੇ ਵੀ ਕਾਂਗਰਸ ਤੇ ਅਕਾਲੀ ਦਲ ਵੱਲੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ, ਦੱਸਿਆ ਜਾ ਰਿਹਾ ਹੈ, ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਵਿਕਰਮ ਮਜੀਠੀਆ ਜਾਂ ਰਾਣਾ ਪਰਿਵਾਰ ਦੇ ਵਿੱਚੋਂ ਕੋਈ ਉਮੀਦਵਾਰ ਜਿਹੜਾ ਹੋਗਾ, ਕਿੰਨੀ ਕੁ ਵੱਡੀ ਚੁਣੌਤੀ ਮੰਨਦੇ? ਇਹ ਤੇ ਉਹਨਾਂ ਪਾਰਟੀਆਂ ਦਾ ਫੈਸਲਾ ਜੀ, ਜਿਹੜੇ ਵੀ ਕੋਈ ਉਮੀਦਵਾਰ ਐਲਾਨਦੇ ਨੇ, ਸਾਨੂੰ ਸਾਡੇ ਆ ਜਿਹੜੀ ਸਾਡੀ ਟੀਮ ਆ, ਸਾਡਾ ਪਰਿਵਾਰ ਆ, ਸਾਡਾ ਸਾਨੂੰ ਇਹਨਾਂ 'ਤੇ ਮਾਣ ਆ। ਸਾਡੇ ਹਲਕਾ ਇੰਚਾਰਜ ਨੀਟੂ ਜੀ ਬੜੀ ਮਿਹਨਤ ਕਰ ਰਹੇ ਨੇ, ਸਾਨੂੰ ਇਹਨਾਂ 'ਤੇ ਮਾਣ ਆ ਕਿ ਦਿਨ ਰਾਤ ਮਿਹਨਤ ਕਰਕੇ ਇਹ ਸੀਟ ਜਿਹੜੀ ਆ ਬੀਜੇਪੀ ਦੀ ਝੋਲੀ 'ਚ ਪਾਉਣਗੇ, ਜਿਸ ਤਰੀਕੇ ਨਾਲ ਸਾਡੇ ਵਰਕਰਾਂ 'ਚ ਉਤਸ਼ਾਹ ਹੈ। ਕਿਸਾਨਾਂ ਦੀ ਗੱਲ ਕੀਤੀ ਹੈ, ਕਿਸਾਨ ਵਿਰੋਧ ਕਿਉਂ ਕਰ ਰਹੇ ਆ? ਇਹ ਤੇ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਜੀ, ਉਹਨਾਂ ਦੇ ਜਿਹੜੇ ਮਸਲੇ ਆ, ਜਿਸ ਤਰ੍ਹਾਂ ਉਹਨਾਂ ਦੇ ਮਸਲੇ ਤਾਂ ਮੋਦੀ ਸਾਹਿਬ ਸਾਰਾ ਕੁਝ ਹੱਲ ਕਰਨ ਨੂੰ ਤਿਆਰ ਆ। ਇਹ ਤਾਂ ਉਹਨਾਂ ਦੇ ਜਿੱਦਾਂ ਕਹਿੰਦੇ, ਮੈਂ ਨਾ ਮੰਨੂ ਜੀ, ਕੋਈ ਜਾਇਜ਼ ਮੰਗਾਂ ਹੋਣੀਆਂ ਚਾਹੀਦੀਆਂ। ਮੋਦੀ ਸਾਹਿਬ ਤਾਂ ਆਪ ਕਹਿੰਦੇ ਨੇ ਕਿ ਮੈਂ ਪੰਜਾਬ ਨੂੰ ਸਾਰਾ ਕੁਝ ਦੇਣ ਵਾਸਤੇ ਤਿਆਰ ਹਾਂ, ਕੋਈ ਲੈਣ ਵਾਸਤੇ ਤਾਂ ਆਵੇ, ਅਸੀਂ ਤਾਂ ਹਰ ਗੱਲ 'ਚ ਡਿੱਕੇ ਡਾਉਂਦੇ ਹਾਂ। ਇਹ ਲੋਕ ਇਹ ਸਿਰਫ ਕੋਈ ਮੰਗਾਂ ਦੀ ਖਾਤਰ ਨਹੀਂ ਰੌਲਾ ਪਾ ਰਹੇ, ਇਹ ਜੋ ਕੁਝ ਇਹਨਾਂ ਦੇ ਪਿੱਛੇ ਸਾਰਾ ਕੁਝ ਬੋਲਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਜੀ, ਕੰਧ 'ਤੇ ਲਿਖਿਆ ਕਿ ਤੀਜੀ ਵਾਰੀ ਫਿਰ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਬਣ ਜਾਣਾ, ਅਤੇ ਮੇਰੀ ਸਾਰੇ ਵੋਟਰਾਂ ਨੂੰ, ਖਾਸ ਕਰਕੇ ਖਡੂਰ ਸਾਹਿਬ ਹਲਕੇ ਦੇ ਜਿਹੜੀ ਇਹ ਪਾਰਲੀਮੈਂਟ ਸੀਟ ਆ, ਅਤੇ ਸਮੁੱਚੇ ਪੰਜਾਬ ਦੇ ਮੈਂ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਤਕੜੇ ਹੋ ਕੇ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਬਣ ਜਾਣਾ, ਅਤੇ ਆਪਾਂ ਵੀ ਆਪਣਾ ਪੰਜਾਬ ਵੱਲੋਂ ਯੋਗਦਾਨ ਉਹ ਸਰਕਾਰ ਦੇ ਵਿੱਚ ਪਾਈਏ, ਅਤੇ ਅਸੀਂ ਪੰਜਾਬ ਵਾਸਤੇ ਕੁਝ ਨਾ ਕੁਝ ਲੈ ਕੇ ਆਈਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਅੱਜ ਸਾਡੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਮੰਨਾ ਜੀ ਅੱਜ ਨਮਸਤਕ ਹੋਣ ਵਾਸਤੇ ਗੁਰਦੁਆਰਾ ਸਾਹਿਬ ਇਹਨਾਂ ਦਰਸ਼ਨ ਕੀਤੇ, ਔਰ ਉਸ ਤੋਂ ਬਾਅਦ ਸਾਡੇ ਇਸ ਹਲਕੇ ਦੇ ਇੰਚਾਰਜ ਰਕੇਸ਼ ਕੁਮਾਰ ਨੀਟੂ ਜੀ ਅਤੇ ਸਮੁੱਚੀ ਟੀਮ, ਸਾਡੇ ਰਕੇਸ਼ ਪੁਰੀ ਜੀ ਮੰਡਲ ਪ੍ਰਧਾਨ ਸਾਹਿਬ ਅਤੇ ਸਾਹਿਬ ਚਤਰ ਸਿੰਘ, ਸਾਰੀ ਸਮੁੱਚੀ ਟੀਮ ਨੇ ਕਿਹਦਾ ਕਿਹਦਾ ਨਾਂ ਲਵਾਂ, ਸਾਰਿਆਂ ਨੇ ਇੱਥੇ ਚੌੜਾ ਖੂਹ ਮੰਦਿਰ ਵਿਖੇ ਬੁਲਾ ਕੇ ਸਭ ਤੋਂ ਪਹਿਲਾਂ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਲਿਆ, ਅਤੇ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਸਾਰੀ ਟੀਮ ਦਾ ਮਾਣ ਸਨਮਾਨ ਕੀਤਾ। ਮੈਂ ਸਮਝਦਾ ਜਿੰਨਾ ਕਿ ਬਾਜ਼ਾਰ ਦੇ ਵਿੱਚ ਸਾਨੂੰ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਹਰ ਇੱਕ ਦੁਕਾਨਦਾਰ ਨੇ ਦੁਕਾਨ ਤੋਂ ਬਾਹਰ ਆ ਕੇ ਮੰਨਾ ਜੀ ਦੇ ਜੋ ਸਵਾਗਤ ਕੀਤਾ, ਜੋ ਹਾਰਾਂ ਦੇ ਨਾਲ, ਫੁੱਲਾਂ ਦੇ ਨਾਲ, ਉਹ ਇੱਕ ਦੇਖਣ ਯੋਗ ਗੱਲ ਸੀ। ਔਰ ਮੈਂ ਸਮਝਦਾ ਕਿ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਵਾਇਆ ਕਿ ਇਸ ਵਾਰ ਜਿਹੜਾ ਪੰਜਾਬ ਆ ਮੋਦੀ ਸਾਹਿਬ ਦੇ ਨਾਲ ਆ, ਕਿਉਂਕਿ ਮੋਦੀ ਸਾਹਿਬ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਆ, ਅਤੇ ਸਾਡੀ ਇਹ ਕੋਸ਼ਿਸ਼ ਆ ਕਿ ਅਸੀਂ ਜਿਹੜਾ ਸਾਡੇ ਸਰਦਾਰ ਮਨਜੀਤ ਸਿੰਘ ਮੰਨਾ ਨੂੰ ਇੱਥੇ MP ਬਣਾ ਕੇ ਭੇਜੀਏ,
ਔਰ ਉਹਨਾਂ ਨੇ ਜਾ ਕੇ ਮੰਤਰੀ ਬਣਨਾ ਅਤੇ ਸਾਡੇ ਹਲਕੇ ਦੀਆਂ ਜੋ ਇੱਥੇ ਲੋਕਾਂ ਦਾ ਰੁਝਾਨ ਆ, ਇੱਥੇ ਸੁਲਤਾਨਪੁਰ ਲੋਧੀ ਹਲਕਾ, ਇੱਥੇ ਹੜ੍ਹਾਂ ਦੀ ਮਾਰ ਕਾਫੀ ਪੈਂਦੀ ਆ, ਸੋ ਪਾਣੀ ਦਾ ਮਾਰਿਆ ਹੋਇਆ ਏਰੀਆ, ਹੋਰ ਇੱਥੇ ਬਹੁਤ ਸਮੱਸਿਆਵਾਂ ਹੈਗੀਆਂ ਜਿਹੜੀਆਂ, ਉਹ ਸਾਰੀਆਂ ਤਾਂ ਹੀ ਹੱਲ ਹੋ ਸਕਦੀਆਂ ਕਿ ਜਿਵੇਂ ਕਿ ਇੱਥੇ ਸਰਦਾਰ ਮੰਨਾ ਜੀ ਇੱਥੇ ਸਾਡੇ ਹੈਗੇ ਮੈਂਬਰ ਆਫ ਪਾਰਲੀਮੈਂਟ ਬਣ ਕੇ ਸਾਡੀ ਆਵਾਜ਼ ਚੁੱਕਣ, ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਕੋਈ ਗਲਤੀ ਨਾ ਕਰੀਏ, ਕਿਉਂਕਿ ਜਿਹੜੇ ਆਪਣੇ ਕਿਸਾਨ ਵੀਰ ਵੀ ਹੈਗੇ ਆ, ਮੈਂ ਵੀ ਕਿਸਾਨ ਹੈ, ਪਰ ਕਿਸਾਨ ਕੋਈ ਮੰਗਾਂ ਮੰਨਣ ਦਾ ਕੋਈ ਢੰਗ ਤਰੀਕਾ ਹੁੰਦਾ, ਕੋਈ ਇਹ ਥੋੜ੍ਹਾ ਹੁੰਦਾ ਵੀ ਕਿਸੇ ਦਾ ਜਾ ਕੇ ਅਸੀਂ ਵਿਰੋਧ ਕਰੋ ਕੋਈ, ਸੋ ਮੈਂ ਸਮਝਦਾ ਕਿ ਆਪਣਾ ਉਹ ਵੀ ਸਾਡੇ ਵੀਰ ਆ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਪੰਜਾਬ ਦਾ ਭਲਾ ਜੇ ਹੋ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ, ਹੋਰ ਕਿਸੇ ਪਾਰਟੀ ਦੀ ਵੱਸ ਦੀ ਗੱਲ ਹੈ ਨਹੀਂ, ਸੋ ਮੈਂ ਸਮਝਦਾ ਕਿ ਸਮੁੱਚੇ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਇਕੱਲੇ ਇਕੱਲੇ ਵਰਕਰ ਨੂੰ ਡਟ ਜਾਣਾ ਚਾਹੀਦਾ, ਜਿੱਥੇ ਕਿੱਥੇ ਵੀ ਕੋਈ ਆਪਣਾ ਸੁਨੇਹੀ ਹੈਗਾ ਉਸ ਨੂੰ ਨਾਲ ਲੈ ਕੇ, ਜਿਹੜੀ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਉਹ ਸਰਦਾਰ ਮਨਜੀਤ ਸਿੰਘ ਮੰਨਣ ਵੱਧ ਤੋਂ ਵੱਧ ਪਵਾਈਏ, ਇੱਥੋਂ ਮੰਤਰੀ ਬਣਾ ਕੇ ਅਸੀਂ ਦਿੱਲੀ ਭੇਜੀਏ, ਸਾਡੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।